ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਦੇ ਹਾਂ 31 ਅਗਸਤ ਤੱਕ ਮੌਸਮ ਵਿਭਾਗ ਨੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ 29 ਅਗਸਤ ਤੱਕ ਦਾ ਪੰਜਾਬ ਦੇ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਦੱਸਿਆ ਹੈ ਪਰ ਤੀ 31 ਨੂੰ ਪੂਰਾ ਪੰਜਾਬ ਸੁੱਕਾ ਰਹੂਗਾ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਦੱਸਿਆ ਗਿਆ ਹੈ ਚਾਹੇ ਮਾਝਾ ਹੋਵੇ ਮਾਲਵੇ ਦੇ ਦੋਵੇਂ ਹਿੱਸੇ ਹੋਣ ਜਾਂ ਫਿਰ ਦੁਆਬਾ ਹੋਵੇ ਜਦ ਕੇ 27 28 ਤੇ 29 ਅਗਸਤ ਨੂੰ ਫਿਰੋਜ਼ਪੁਰ ਫਾਦਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਤੇ ਬਠਿੰਡਾ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਮੀਂਹ ਦਸਿਆ ਗਿਆ ਹੈ ਹਿਮਾਚਲ ਦੇ ਵਿੱਚ ਵੀ ਹਾਲੇ ਭਾਰੀ ਮੀਂਹ ਦਾ ਕਹਿਰ ਰੁਕਿਆ ਨਹੀਂ ਹੈ ਮੰਡੀ ਜ਼ਿਲ੍ਹੇ ਦੀ ਖੋਲਣਾ ਪੰਚਾਇਤ ਦੇ ਵਿੱਚ ਬੱਦਲ ਫਟ ਗਿਆ ਅੱਜ 300 ਲੋਕ ਇੱਥੇ ਫਸ ਗਏ ਐਨ ਡੀ ਆਰ ਐਫ ਦੀ ਟੀਮ ਲਗਾਤਾਰ ਇਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਹੁਣ ਤੱਕ 51 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਬਾਕੀਆਂ ਨੂੰ ਕੱਢਣ ਲਈ ਰੈਸਕਿਊ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਸ਼ਾਮ 5 ਵਜੇ ਤੱਕ ਤੇ ਤੁਹਾਨੂੰ ਅੰਕੜੇ ਦੱਸ ਰਹੇ ਹਾਂ ਫਸੇ ਲੋਕਾਂ ਨੂੰ ਕੱਢਣ ਦੇ ਵਿੱਚ ਮੁਸ਼ਕਲ ਵੀ ਆ ਰਹੀ ਹੈ ਕਿਉਂਕਿ ਸੜਕ ਦੇ ਨਾਲ-ਨਾਲ ਪੰਚਾਇਤ ਨੂੰ ਜੋੜਨ ਵਾਲੇ ਰਾਹ ਵੀ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਖੋਲਣਾ ਪੰਚਾਇਤ ਜਿਹੜੇ ਜਗ੍ਹਾ ਦਾ ਨਾਮ ਹੈ ਉਸ ਤੇ ਅਸੀਂ ਗੱਲ ਕਰ ਰਹੇ ਹਾਂ ਐਨਡੀਆਰਐਫ ਦੀ ਟੀਮ ਨੇ ਲੋਕਾਂ ਨੂੰ ਬਚਾਉਣ ਲਈ 15 ਕਿਲੋਮੀਟਰ ਪੈਦਲ ਚੱਲ ਕੇ ਜਿਹੜਾ ਆਪਣਾ ਰਾਹ ਹੈ ਉਹ ਲੰਬਿਆ ਹੈ ਤੇ 15 ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਜਿਹੜੇ 51 ਲੋਕਾਂ ਦੀ ਅਸੀਂ ਗੱਲ ਕੀਤੀ ਹੈ ਫਸੇ ਲੋਕਾਂ ਨੂੰ ਨਾਲੀਆਂ ਤੇ ਟੁੱਟੀਆਂ ਸੜਕਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਬੱਦਲ ਫਟਣ ਕਾਰਨ ਖੋਲਣਾ ਦੇ ਵਿੱਚ 16 ਪੁਰਸ਼ ਵੀ ਔਰਤਾਂ ਤੇ 15 ਬੱਚੇ ਫਸੇ ਹੋਏ ਸਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ 6 ਨੂੰ ਗੌਨੀ ਪਿੰਡ ਦੇ ਵਿੱਚ ਬੱਦਲ ਫਟਣ ਕਾਰਨ ਕੱਲ ਕਈ ਥਾਵਾਂ ਤੇ ਟਿੱਗਾਂ ਡਿਗਣ ਕਾਰਨ ਸੜਕਾਂ ਪਹਿਲਾਂ ਹੀ ਜਾਮ ਹੋਈਆਂ ਪਈਆਂ ਨੇ ਬਰਸਾਤ ਨਾਲ ਸੰਬੰਧਿਤ ਇੱਕ ਹੋਰ ਘਟਨਾ ਦੇ ਵਿੱਚ ਬਲਾਦ ਨਦੀ ਦੇ ਵਿੱਚ ਪਾਣੀ ਦੀ ਤੇਜ਼ ਵਹਾਅ ਕਾਰਨ ਸੰਨਤੀ ਬੱਦੀ ਖੇਤਰ ਤੇ ਪੰਜੌਰ ਨੂੰ ਜੋੜਨ ਵਾਲਾ ਬੱਦੀ ਦਾ ਮਰਾਂ ਵਾਲਾ ਪੁਲ ਵੀ ਟਹਿ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਰਾਹਤ ਰਹੀ ਹੈ। ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈਣ ਵਾਲੇ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਤੀਜੀ ਵਾਰੀ ਹੜ੍ਹਾਂ ਦਾ ਖਤਰਾ ਪੂਰਾ ਮੰਡਰਾ ਰਿਹਾ ਹੈ। ਭਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਘਟ ਵਧ ਰਿਹਾ ਹੈ। ਭਾਖੜਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਹੇਠਾਂ ਆ ਗਿਆ ਸੀ ਇੱਕ ਦਿਨ ਪਹਿਲਾਂ ਪਰ ਹੁਣ ਫਿਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ 700 ਫੁੱਟ ਹੇਠਾਂ ਆ ਗਿਆ ਹੈ। ਯਾਨੀ ਕਿ ਪਾਣੀ ਦਾ ਪੱਧਰ ਹੈ ਜਿਹੜਾ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਰਿਹਾ ਹੈ। ਕੱਲ 8 ਫੁੱਟ ਥੱਲੇ ਸੀ ਸੱਤ ਫੁੱਟ ਥੱਲੇ ਹੋ ਗਿਆ ਹੈ ਜਾਨਕੀ 1 ਫੁੱਟ ਵੱਧ ਗਿਆ ਉੱਚਾ ਹੋ ਗਿਆ ਪਾਖੜਾ ਦੇ ਵਿੱਚ ਅੱਜ ਪਾਣੀ ਦਾ ਪੱਧਰ 1673.91 ਫੁੱਟ ਤੱਕ ਪਹੁੰਚ ਗਿਆ ਹੈ ਪਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਹਲੇ ਵੀ ਖੁੱਲੇ ਹੋਏ ਨੇ ਪਾਖੜਾ ਡੈਮ ਚ ਪਾਣੀ ਦੀ ਆਮਦ 52800 ਕਿਊਸਿਕ 810 ਕਿਊਸਿਕ ਦਰਜ ਕੀਤੀ ਗਈ ਹੈ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਦੇ ਵਿੱਚ 12350 ਕਿਊਸਿਕ ਅਨੰਦਪੁਰ ਸਾਹਿਬ ਹਾਈਡਲ ਨਹਿਰ 'ਚ 10150 ਕਿਊਸਿਕ ਤੇ ਸਤਲੁਜ ਦੇ ਵਿੱਚ ਸਭ ਤੋਂ ਵੱਧ 35900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰੀ ਫੇਰ ਵੱਧ ਗਿਆ ਹੈ ਸਤਲੁਜ ਦੇ ਕੰਢੇ ਵਸੇ ਲੋਕਾਂ ਦੇ ਘਰ ਇੱਕ ਵਾਰੀ ਫੇਰ ਖਾਲੀ ਕਰਵਾ ਦਿੱਤੇ ਗਏ ਨੇ ਪਿੰਡ ਹਰਸ਼ਾਬੇਲਾ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਸਤਲੁਜ ਦੇ ਕਿਨਾਰੇ ਟੁੱਟ ਕੇ ਪਾਣੀ ਦੇ ਵਿੱਚ ਪਾਣੀ ਹੈ ਜਿਹੜਾ ਉਹ ਪਿੰਡ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਤਰਨਤਾਰਨ ਦਾ ਇੱਕ ਸਰਹੰਦ ਪਿੰਡ ਵੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਇੱਥੇ ਭਾਖੜਾ ਡੈਮ ਤੇ ਹਰੀਕੇ ਹੈੱਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸੋ ਪੰਜਾਬ ਦੇ ਇਹ ਗੰਭੀਰ ਹਾਲਾਤ ਕਦੋਂ ਠੀਕ ਹੋਣਗੇ ਇਹ ਸਰਕਾਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਸਰਕਾਰ ਨੂੰ ਹੁਣ ਤੱਕ ਤਾਂ ਆਪਣੀਆਂ ਟੀਮਾਂ ਇੰਨੀਆਂ ਮਜ਼ਬੂਤ ਕਰ ਲੈਣੀਆਂ ਚਾਹੀਦੀਆਂ ਸੀ ਕਿ ਤੀਜੀ ਵਾਰੀ ਹੜ ਆ ਗਿਆ ਹੈ ਪਰ ਲੋਕ ਫੇਰ ਸਰਕਾਰ ਵਾਲੀ ਦੇਖ ਰਹੇ ਨੇ ਕਿ ਸਾਡੇ ਕੋਲੇ ਕੋਈ ਆਊਗਾ ਵੀ ਜਾਂ ਨਹੀਂ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਲੱਗੇ ਹੋਏ ਨੇ ਹਾਲਾਂਕਿ ਐਨਡੀਆਰਫ ਦੀਆਂ ਟੀਮਾਂ ਵੀ ਲਗੀਆਂ ਹੋਈਆਂ ਨੇ ਪਰ ਸਾਰੇ ਲੋਕਾਂ ਤੱਕ ਮਦਦ ਨਹੀਂ ਪਹੁੰਚ ਰਹੀ ਜਦ ਕਿ ਸਰਕਾਰ ਦਾ ਫਰਜ਼ ਹੁੰਦਾ ਹੈ ਹਰ ਇੱਕ ਵਿਅਕਤੀ ਦੀ ਜਾਨ ਸਰਕਾਰ ਦੇ ਲਈ ਬਹੁਤ ਕੀਮਤੀ ਹੁੰਦੀ ਹੈ ਬਾਹਰਲੇ ਮੁਲਕਾਂ ਦੀ ਜੀ ਗੱਲ ਕਰ ਲਈਏ ਤੇ ਹਰ ਇੱਕ ਕੀਮਤੀ ਜਾਨ ਨੂੰ ਬਚਾਉਣ ਦੇ ਲਈ ਸਰਕਾਰ ਆਪਣੀ ਪੂਰੀ ਵਾਹ ਲਾ ਦਿੰਦੀ ਹੁੰਦੀ ਹੈ ਪਰ ਇੱਥੇ ਵਾਹ ਨਹੀਂ ਦਿਖਾਈ ਦਿੰਦੀ ਹੁਣ ਆਵਾਦਵੀ ਪਾਰਟੀ ਦੀ ਸਰਕਾਰ ਹੈ ਉਸ ਤੋਂ ਪਹਿਲਾਂ ਚਾਹੇ ਕਾਂਗਰਸ ਸੀ ਉਸ ਤੋਂ ਪਹਿਲਾਂ ਕੱਲੀ ਬੀਜੇਪੀ ਸੀ ਕੋਈ ਵੀ ਸਰਕਾਰ ਗੰਭੀਰਤਾ ਨਹੀਂ ਦਿਖਾਉਂਦੀ ਜਦੋਂ ਲੋਕ ਮਰ ਰਹੇ ਹੁੰਦੇ ਨੇ ਲੋਕਾਂ ਦੇ ਨਾਲ ਜੁੜੀ ਕੋਈ ਜੁੜਿਆ ਕੋਈ ਮੁੱਦਾ ਹੁੰਦਾ ਲੋਕਾਂ ਤੇ ਆਈ ਕੋਈ ਮੁਸੀਬਤ ਹੁੰਦੀ ਹੈ ਸਰਕਾਰਾਂ ਇਸੇ ਤਰ੍ਹਾਂ ਕੇਸਲ ਜੀ ਵਟ ਕੇ ਰੱਖਦੀਆਂ ਨੇ